ਸਤਿ ਸ਼੍ਰੀ ਅਕਾਲ ਏਸ਼ੀਆ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਤੇ ਆਉਚਾਤ ਮਾਰਦਿਆਂ ਅੱਜ ਦੀਆਂ ਕੁਝ ਚੋਣ ਦੀਆਂ ਖਬਰਾਂ ਤੇ। ਬੀਤੇ 2 ਦਿਨਾਂ ਤੋਂ ਜਾਰੀ ਮੌਲੇਧਾਰ ਵਰਖਾ ਕਾਰਨ ਪੰਜਾਬ ਸਰਕਾਰ ਨੇ ਸੋਮਵਾਰ ਸਵੇਰੇ ਸੂਬੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਚੇਤਾਵਨੀ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਬੇਹੱਦ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਨੇ। ਇਸ ਦੇ ਨਾਲ ਹੀ ਫੌਜ ਨੂੰ ਵੀ ਚੌਕਸ ਰਹਿਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ। ਜ਼ਿਕਰਯੋਗ ਹੈ ਕਿ ਪਿਛਲੇ 2 ਦਿਨਾਂ ਤੋਂ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਤਕਰੀਬਨ 7 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅੱਸੂ ਦੀ ਝੜੀ ਤੀਜੇ ਦਿਨ ਵੀ ਲੱਗੀ ਹੋਈ ਹੈ। ਕਈ ਦਹਾਕਿਆਂ ਬਾਅਦ ਇਸ ਰੁੱਤ ਵਿੱਚ ਇੰਨਾ ਮੀਂਹ ਪੈ ਰਿਹਾ ਹੈ। ਸਰਕਾਰ ਲਗਾਤਾਰ ਪੈ ਰਹੇ ਮੀਂਹ ਨੂੰ ਕੁਦਰਤੀ ਆਫਤ ਵਜੋਂ ਵੇਖ ਰਹੀ ਹੈ ਅਤੇ ਇਸ ਲਈ ਵਿਸ਼ੇਸ਼ ਆਫਤ ਰੋਕੂ ਕੰਟਰੋਲ ਰੂਮ ਸ਼ੁਰੂ ਕਰ ਦਿੱਤੇ ਗਏ ਨੇ। ਸਰਕਾਰ ਨੇ ਸਾਰੇ ਅਫਸਰਾਂ ਨੂੰ ਤਿਆਰ ਬਰਤਿਆਰ ਰਹਿਣ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਨੇ। ਸਾਰੇ ਜ਼ਿਲ੍ਹਿਆਂ ਨੂੰ ਹੜ੍ਹਾਂ ਦੇ ਪਾਣੀ ਤੋਂ ਬਚਾਉਣ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਨੇ। ਪੰਜਾਬ ਦੇ 3 ਦਰਿਆਵਾਂ ਨੇੜਲੇ ਇਲਾਕਿਆਂ ਨੂੰ ਸਭ ਤੋਂ ਵੱਧ ਧਿਆਨ ਦੇਣ ਲਈ ਕਿਹਾ ਗਿਆ ਹੈ। ਬੀਜਿੰਗ ਚੀਨ ਨੇ ਬੀਤੇ 3 ਮਹੀਨਿਆਂ ਦੌਰਾਨ 4000 ਪੋਰਨ ਤੇ ਹਾਨੀਕਾਰਕ ਸੂਚਨਾਵਾਂ ਵਾਲੀਆਂ ਵੈਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ। ਇਹ ਸਫਾਈ ਮੁਹਿੰਮ ਅਸ਼ਲੀਲ ਅਤੇ ਗੈਰ ਕਾਨੂੰਨੀ ਪ੍ਰਕਾਸ਼ਨ ਰੋਕੂ ਦਫ਼ਤਰ ਤੇ ਪ੍ਰੈਸ ਅਤੇ ਪ੍ਰਕਾਸ਼ਨਾਂ ਲਈ ਸੂਬਾ ਪ੍ਰਸ਼ਾਸਨ ਵੱਲੋਂ ਸੰਯੁਕਤ ਰੂਪ ਵਿੱਚ ਚਲਾਈ ਗਈ ਸੀ। ਖ਼ਬਰ ਏਜੰਸੀ ਸਿੰਘੂਆ ਨੇ ਅਧਿਕਾਰੀ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਹੈ ਕਿ ਅਗਸਤ ਦੇ ਅੰਤ ਵਿੱਚ ਅਧਿਕਾਰੀਆਂ ਨੇ ਪੂਰੇ ਦੇਸ਼ ਵਿੱਚ 120 ਸੰਬੰਧਿਤ ਉਲੰਘਣ ਨੂੰ ਸੋਧਿਆ ਅਤੇ 230 ਸਨਅਤਾਂ ਨੂੰ ਬੇਨਿਯਮਾਂ ਦੂਰ ਕਰਨ ਜਾਂ ਹਾਨੀਕਾਰਕ ਸੂਚਨਾਵਾਂ ਦੇ 1,47,000 ਤੋਂ ਵੱਧ ਅੰਸ਼ਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਨੇ। ਮੁਹਿੰਮ ਤਹਿਤ ਆਨਲਾਈਨ ਨਾਵਲ ਸਮੱਗਰੀ ਤੇ ਨਿਸ਼ਾਨਾ ਲਾਇਆ ਗਿਆ ਹੈ ਜੋ ਗੈਰ ਵਾਜਬ ਕੀਮਤ, ਅਸ਼ਲੀਲਤਾ ਤੇ ਕਾਪੀਰਾਈਟ ਉਲੰਘਣ ਨਾਲ ਜੁੜੇ ਹੋਏ ਸਨ। ਬਿਆਨ ਮੁਤਾਬਕ ਭਵਿੱਖ ਵਿੱਚ ਸਾਫ਼ ਸੁਥਰੇ ਆਨਲਾਈਨ ਸਾਹਿਤ ਦਾ ਮਾਹੌਲ ਬਿਹਤਰ ਬਣਾਉਣ ਲਈ ਅਜਿਹੀਆਂ ਕਾਰਵਾਈਆਂ ਹੋਰ ਵੀ ਵਧਾਈਆਂ ਜਾਣਗੀਆਂ। ਨਿਊ ਜਰਸੀ ਸੂਬੇ ਦੇ ਪਹਿਲੇ ਸਿੱਖ ਅਟੋਰਨੀ ਜਨਰਲ ਗੁਰਬੀਰ ਗਰੇਵਾਲ ਤੇ ਨਸਲੀ ਟਿੱਪਣੀ ਕਰਨ ਦੇ ਦੋਸ਼ ਵਿੱਚ ਨਿਊ ਜਰਸੀ ਦੇ 5 ਪੁਲਿਸ ਕਰਮਚਾਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ 5 ਪੁਲਿਸ ਕਰਮੀਆਂ ਦੀ ਗੱਲਬਾਤ ਰਿਕਾਰਡ ਹੋ ਗਈ ਸੀ ਜਿਸ ਦਾ ਖੁਲਾਸਾ ਹੋਣ ਤੋਂ ਬਾਅਦ ਉਹਨਾਂ ਨੂੰ ਸਜ਼ਾ ਮਿਲੀ ਹੈ। ਸਥਾਨਕ ਮੀਡੀਆ ਮੁਤਾਬਕ ਵੀਰਵਾਰ ਆਡੀਓ ਰਿਕਾਰਡਿੰਗ ਬਾਰੇ ਜਾਣਕਾਰੀ ਦਿੱਤੀ ਗਈ ਸੀ ਜਿਸ ਵਿੱਚ ਨਿਊ ਜਰਸੀ ਦੇ ਪੁਲਿਸ ਕਰਮੀ ਮਾਈਕਲ ਸਾਉਦੀਨੋ ਨੇ ਆਪਣੇ ਅਧੀਨ ਕਰਮਚਾਰੀਆਂ ਨਾਲ ਗਵਰਨਰ ਫਿਲ ਮਰਫੀ ਦੇ ਭਾਸ਼ਣ ਤੇ ਚਰਚਾ ਕੀਤੀ ਸੀ। ਸਾਉਦੀਨੋ ਨੇ ਕਿਹਾ ਕਿ ਮਰਫੀ ਨੇ ਆਪਣੇ ਭਾਸ਼ਣ ਵਿੱਚ ਹਰ ਮੁੱਦੇ ਤੇ ਗੱਲ ਕੀਤੀ। ਉਹਨਾਂ ਕਿਹਾ ਕਿ ਕਾਲੇ ਲੋਕ ਇੱਥੇ ਆਉਂਦੇ ਰਹਿਣਗੇ ਅਤੇ ਆਪਣੇ ਮਨ ਮੁਤਾਬਕ ਕੰਮ ਕਰਦੇ ਰਹਿਣਗੇ। ਸਾਉਦੀਨੋ ਮੁਤਾਬਕ ਮਰਫੀ ਚਾਹੁੰਦੇ ਸਨ ਕਿ ਕਾਲੇ ਲੋਕ ਜੋ ਚਾਹੇ ਕਰਨ, ਚਰਸ ਪੀਣ, ਪਰ ਕੋਈ ਵੀ ਇਸ ਬਾਰੇ ਚਿੰਤਾ ਨਾ ਕਰੇ। ਇਸ ਤੋਂ ਬਾਅਦ ਸਾਉਦੀਨੋ ਨੇ ਕਿਹਾ ਕਿ ਮਰਫੀ ਨੇ ਗੁਰਬੀਰ ਗਰੇਵਾਲ ਨੂੰ ਪਹਿਲਾ ਸਿੱਖ ਅਟੋਰਨੀ ਜਨਰਲ ਸਿਰਫ ਉਸਦੇ ਧਰਮ ਦੀ ਵਜ੍ਹਾ ਨਾਲ ਬਣਾਇਆ ਹੈ। ਗੁਰਬੀਰ ਨੇ ਬਰਗਰ ਕਾਉਂਟੀ ਦੇ ਕੋਈ ਮਦਦ ਨਹੀਂ ਕੀਤੀ ਕਿਉਂਕਿ ਉਹ ਪੱਗ ਬੰਨਦੇ ਹਨ। ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਸਾਉਦੀਨੋ ਨੇ ਮੁਆਫ਼ੀ ਮੰਗੀ। ਉਸਨੇ ਆਪਣੇ ਬਿਆਨ ਵਿੱਚ ਲਿਖਿਆ ਕਿ ਮੈਂ ਬਰਗਨ ਕਾਉਂਟੀ ਦੇ ਲੋਕਾਂ ਤੋਂ ਆਪਣੀ ਟਿੱਪਣੀ ਲਈ ਮਾਫ਼ੀ ਮੰਗਦਾ ਹਾਂ। ਗਵਰਨਰ ਮਰਫੀ ਨੇ ਕਿਹਾ ਕਿ ਨਸਲੀ ਟਿੱਪਣੀ ਤੇ ਨਫ਼ਰਤ ਭਰੀ ਭਾਸ਼ਾ ਦੀ ਵਰਤੋਂ ਕਰਨ ਵਾਲਾ ਵਿਅਕਤੀ ਸਰਕਾਰੀ ਨੌਕਰੀ ਲਈ ਯੋਗ ਨਹੀਂ ਹੈ, ਫਿਰ ਭਾਵੇਂ ਉਹ ਕੋਈ ਵੀ ਹੋਵੇ। ਇਸ ਮਾਮਲੇ ਵਿੱਚ ਗੁਰਬੀਰ ਗਰੇਵਾਲ ਨੇ ਟਵੀਟ ਕੀਤਾ ਕਿ ਜੇਕਰ ਸੱਚਮੁੱਚ ਇਹ ਸਾਉਦੀਨੋ ਦੀ ਆਵਾਜ਼ ਹੈ ਤਾਂ ਉਸਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਗਵਰਨਰ ਦੇ ਭਾਸ਼ਣ ਤੇ ਕੀਤੀ ਗਈ ਇਹ ਟਿੱਪਣੀ ਉਚਿਤ ਨਹੀਂ। ਹਿਮਾਚਲ ਵਿੱਚ ਪਿਛਲੇ 2 ਦਿਨਾਂ ਤੋਂ ਹੋ ਰਹੀ ਬਾਰਿਸ਼ ਕਹਿਰ ਬਣ ਕੇ ਵਧ ਰਹੀ ਹੈ। ਸੂਬੇ ਵਿੱਚ ਮੀਂਹ ਨਾਲ ਕਾਫੀ ਨੁਕਸਾਨ ਹੋਇਆ ਹੈ। ਜ਼ਿਲ੍ਹਾ ਕੁੱਲੂ ਵਿੱਚ ਬੱਦਲ ਫਟਣ ਦੀ ਸੂਚਨਾ ਮਿਲੀ ਹੈ ਜਦਕਿ ਵੈਸ਼ਨੋ ਮਾਤਾ ਮੰਦਰ ਕੋਲ ਬਿਆਸ ਨਦੀ ਕਿਨਾਰੇ ਬਣਾਈ ਟਰੱਕ ਯੂਨੀਅਨ ਦੀ ਪਾਰਕਿੰਗ ਵਿੱਚ ਪਾਣੀ ਭਰ ਗਿਆ। ਇਸ ਨਾਲ ਕਈ ਵਾਹਨ ਵੀ ਜਲ ਥਲ ਹੋ ਗਏ ਨੇ। ਭਾਰੀ ਬਾਰਿਸ਼ ਕਾਰਨ ਬਿਆਸ ਨਦੀ ਵਿਚਲੇ ਪਾਣੀ ਦਾ ਪੱਧਰ ਵਧਣ ਨਾਲ ਕਿਨਾਰੇ ਵਸੇ ਅਖਾੜਾ ਬਾਜ਼ਾਰ ਤੇ ਲੰਕਾ ਬੇਕਰ ਕੋਲ ਵਸੀਆਂ ਬਸਤੀਆਂ ਦੇ ਸਿਰ ਵੀ ਖਤਰਾ ਮੰਡਾ ਰਿਹਾ ਹੈ। ਫਿਲਹਾਲ ਬਿਆਸ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੌਸਮ ਵਿਭਾਗ ਦੀ ਚੇਤਾਵਨੀ ਮੁਤਾਬਕ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਵਿਸ਼ਾਖਾਪਟਨਮ ਇੱਥੇ ਮਾਓਵਾਦੀਆਂ ਨੇ ਮੌਜੂਦਾ TDP ਵਿਧਾਇਕ ਅਤੇ ਸਾਬਕਾ ਪਾਰਟੀ ਲੀਡਰ ਨੂੰ ਗੋਲੀ ਮਾਰ ਦਿੱਤੀ। ਪੁਲਿਸ ਮੁਤਾਬਕ ਘਟਨਾ ਵਿਸ਼ਾਖਾਪਟਨਮ ਦੇ ਤੱਟੀ ਸ਼ਹਿਰ ਤੋਂ 125 ਕਿਲੋਮੀਟਰ ਦੂਰ ਪਿੰਡ ਥੁਤਾਂਗੀ ਨਜ਼ਦੀਕ ਵਾਪਰੀ। ਅਰਾਕੂ ਵਿੱਚ ਚੱਲ ਰਹੇ ਪ੍ਰੋਗਰਾਮ ਦੌਰਾਨ ਮਾਓਵਾਦੀਆਂ ਨੇ ਵਿਧਾਇਕ ਰਾਓ ਅਤੇ ਸਾਬਕਾ MLA ਸਿਵੇਰੀ ਸੋਮਾ ਤੇ ਹਮਲਾ ਕੀਤਾ। ਗੋਲੀ ਮਾਰਨ ਲਈ ਪੁਆਇੰਟ ਬਲੈਕ ਰੇਂਜ ਤੋਂ ਨਿਸ਼ਾਨਾ ਲਗਾਇਆ ਗਿਆ। ਇਸ ਹਮਲੇ ਵਿੱਚ ਬਹੁਗਿਣਤੀ ਮਾਓਵਾਦੀ ਸ਼ਾਮਲ ਸਨ। ਤੇਲਗੂ ਦੇਸ਼ਮ ਪਾਰਟੀ ਨਾਲ ਸੰਬੰਧਿਤ ਵਿਧਾਇਕ ਦੇ ਸਿਰ ਸੇਵਰਾ ਰਾਓ ਆਂਧਰਾ ਪ੍ਰਦੇਸ਼ ਸਟੇਟ ਅਸੈਂਬਲੀ ਵਿੱਚ ਹਲਕਾ ਅਰਾਕੂ ਦੀ ਕਮਾਨ ਸੰਭਾਲ ਰਹੇ ਸਨ। ਵਿਧਾਇਕ ਰਾਓ ਤੇ ਸੋਮਾ ਨੂੰ ਪਹਿਲਾਂ ਵੀ ਮਾਓਵਾਦੀਆਂ ਵੱਲੋਂ ਧਮਕੀਆਂ ਮਿਲ ਚੁੱਕੀਆਂ ਸਨ। ਦੁਬਈ ਭਾਰਤ ਤੇ ਗੁਆਂਢੀ ਮੁਲਕ ਪਾਕਿਸਤਾਨ ਦੀ ਹੱਦ ਤੇ ਜਾਰੀ ਸੰਘਰਸ਼ ਵਿੱਚ ਕ੍ਰਿਕਟ ਗਰਾਊਂਡ ਤੋਂ ਚੰਗੀ ਖਬਰ ਸਾਹਮਣੇ ਆਈ ਹੈ। ਦਰਅਸਲ ਸੋਸ਼ਲ ਮੀਡੀਆ ਤੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪਾਕਿਸਤਾਨੀ ਕ੍ਰਿਕਟ ਪ੍ਰੇਮੀ ਭਾਰਤੀ ਰਾਸ਼ਟਰੀ ਗੀਤ ਗਾ ਰਿਹਾ ਹੈ। 29 ਸਾਲ ਦੇ ਆਦਿਲ ਤਾਜ 19 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਪਾਕਿਸਤਾਨ ਦਾ ਮੈਚ ਵੇਖਣ ਆਇਆ ਸੀ। ਇਸ ਮੈਚ ਦੌਰਾਨ ਜਦੋਂ ਭਾਰਤੀ ਰਾਸ਼ਟਰੀ ਗੀਤ ਵੱਜ ਰਿਹਾ ਸੀ ਤਾਂ ਆਦਿਲ ਨੇ ਵੀ ਗੀਤ ਗਾਇਆ। ਇਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਸੀ। ਦੁਬਈ ਵਿੱਚ ਰਹਿਣ ਵਾਲੇ ਤਾਜ ਨੇ ਕਿਹਾ ਕਿ ਮੈਚ ਦੌਰਾਨ ਪਾਕਿਸਤਾਨ ਦਾ ਰਾਸ਼ਟਰੀ ਗੀਤ ਪਹਿਲਾਂ ਗਾਇਆ ਗਿਆ। ਸਟੇਡੀਅਮ ਵਿੱਚ ਮੌਜੂਦ ਸਾਰੇ ਭਾਰਤੀ ਉਸਦੇ ਸਨਮਾਨ ਲਈ ਉੱਠ ਖਲੋਤੇ। ਇਹ ਗੱਲ ਉਸਦੇ ਦਿਲ ਨੂੰ ਛੂ ਗਈ। ਉਸਨੇ ਸੋਚਿਆ ਕਿ ਜਦ ਭਾਰਤ ਦਾ ਰਾਸ਼ਟਰੀ ਗੀਤ ਗਾਇਆ ਜਾਏਗਾ ਤਾਂ ਉਹ ਵੀ ਉਸਦਾ ਹਿੱਸਾ ਬਣੇਗਾ।
नवी दिल्ली दिल्ली सिख गुरुद्वारा प्रबंधक कमेटी वालों पछमी दिल्ली विच अगले महीने 3 सिख जरनैलों के बुत लगाए जाएंगे जिन्हां ते 60 लाख रुपए का खर्चा आएगा। हरेक बुत की उचाई 12 फुट और वजन 1200 किलोग्राम होगा। जस्सा सिंह आलूवाले की तीजी जन्म शताब्दी मौके उन्होंने सम्मान विच दिल्ली सिख गुरुद्वारा प्रबंधक कमेटी ने दिल्ली विच इन्हां सिख जरनैलों की याद विच बुत स्थापित करने का फैसला किया है। दिल्ली सिख गुरुद्वारा प्रबंधक कमेटी के जनरल सकत्तर मनजिंदर सिंह सिरसा ने दसिया कि सिख जरनैल बघेल सिंह जस्सा सिंह आलूवालिया जस्सा सिंह रामगढ़िया और होर जरनैलों की अगवाई विच मुगल बादशाह शाह आलम दो नूं हरा के 11 मार्च 1783 नूं लाल किले ते फतेह हासिल की थी। मुगल अंग्रेज अते आजादी तो पहला वेले की यह इको एक घटना है जब दिल्ली से इन्हां जरनैलों ने कब्जा किया। कमेटी ने जरनैलों दियां घोड़े ते सवार 3 बुत तैयार करवाए ने। हर बुत 12 फुट उच्चा 10 फुट लंबा 10 फुट चौड़ा है। ढांचे की उचाई 5 फुट है। बुतां नूं अगले महीने सुभाष नगर चौक रजौरी गार्डन ते मुख स्थान ते मुजफ्फरगढ़ रोड ते स्थापित किया जाएगा। अमृतसर बीती रात तो लगातार पै रही बारिश कारण शहर के लारेंस रोड तो 4S चौक वाल जांदिया कंपनी बाग के बिल्कुल सामने वाली सड़क 100 फुट तो ज्यादा खेतर में जमीन अंदर धस गई है। इस घटना बाद आवाजाही पूरी तरह ठप हो गई है। हादसे नाल कोई जानी नुकसान नहीं होया। यह इलाका अमृतसर का पोश और महत्वपूर्ण इलाका मनिया जाता है। घटना की सूचना मिलने तो बाद अमृतसर प्रशासन और नगर निगम के अधिकारियों ने मौके पर पहुंच के सड़क का जायजा लिया। पुलिस ने लारेंस रोड पर 4S चौक वाले पास्यों ट्रैफिक आरजी तौर पर बंद कर दिता है ते बगल में रूटा राही आवाजाही के हुक्म जारी किए ने। नगर निगम के अधिकारियों ने इस मामले की जांच शुरू कर दी है। फिलहाल लगातार बारिश ही सड़क के धसन का कारण दसिया जा रहा है। जिक्र योग है कि अमृतसर समेत पूरे पंजाब विच बीते 2 दिनों तो भारी बारिश हो रही है। मौसम विभाग के अनुमान अनुसार यह बारिश सोमवार भी जारी रहेगी। बाबा फरीद जी का आगमन पूर्व फरीदकोट इलाके दियां संगतां वालों गुरुद्वारा दशमेश कल्चर सेंटर कलगरी विखे बहुत ही श्रद्धा ते उत्साह नाल मनाया गया। भोग पैन उपरंत सजाए गए दीवाना विच प्रसिद्ध कीर्तनी कथावाचक ते कविश्री जत्थे ने गुरबाणी कीर्तन नाल निहाल किया। गुरुद्वारा साहिब के मुख सेवादार भाई रणबीर सिंह परमार होरां बाबा फरीद जी के आगमन पूर्व दियां संगतां नूं वधाई दित्ती गई। प्रोग्राम समय स्टेज सकत्तर की भूमिका भाई रविंदर सिंह तब्बर ने बखूबी निभाई। बाबा फरीद जी के आगमन पूर्व से बाबा फरीद फाउंडेशन कैनेडा वालों सर्बसम्मति नाल गुरमीत सिंह गिल मंडवाला नूं कैनेडा का प्रधान नियुक्त किया गया ते बाकी अहुदेदार ऐलान करन दे अधिकार दिते गए। गुरमीत गिल ने कहा कि सारे दे सहयोग नाल बाबा फरीद फाउंडेशन कैनेडा वालों बाबा फरीद जी के नाम से हर साल प्रोग्राम करवाया जाएगा। खबरों के बुलेटिन नाल बने रहने लई धन्नवाद।